ਪੰਚਾਇਤਾਂ ਦੇ ਇਲੈਕਸ਼ਨ ਜਿਹੜੇ ਨੇ ਖਤਮ ਹੋਏ ਨੇ ਔਰ ਅੱਜ ਬੜੀ ਚਹਿਲ ਪਹਿਲ ਇਸ ਕਰਕੇ ਹੈ ਕਿ ਅੱਜ ਪਹਿਲੀ ਵਾਰੀ ਅਸੀਂ ਨਵੇਂ ਚੁਣੇ ਹੋਏ ਸਰਪੰਚ ਔਰ ਪੰਚ ਅੱਜ ਸਾਨੂੰ ਮਿਲਣ ਆਏ ਨੇ ਔਰ ਇਸ ਗੱਲ ਦੀ ਬਹੁਤ ਹੀ ਖੁਸ਼ੀ ਹੈ ਕਿ ਲਗਭਗ 100% ਜਿਹੜੇ ਸਰਪੰਚ ਨੇ ਕਾਂਗਰਸ ਪਾਰਟੀ ਦੇ ਜਿੱਤੇ ਨੇ ਔਰ ਇੱਕ ਬੜੀ ਇੱਥੇ ਦੱਸਣ ਵਾਲੀ ਗੱਲ ਹੈ ਬਹੁਤ ਜ਼ਰੂਰੀ ਕਿ ਬਿਨਾਂ ਕਿਸੇ ਲੜਾਈ ਝਗੜੇ ਤੋਂ ਬਿਨਾਂ ਕਿਸੇ ਦਬਾਅ ਦੇ ਇਹ ਫਿਰ ਇਲੈਕਸ਼ਨ ਹੋਏ ਨੇ ਔਰ ਕਾਂਗਰਸ ਪਾਰਟੀ ਦੀ ਜਿਹੜੀ ਸੋਚ ਹੈ ਕਿ ਵਿਮੈਨ ਇੰਪਾਵਰਮੈਂਟ 'ਤੇ ਇਹਨਾਂ 'ਤੇ ਪਹਿਰਾ ਦਿੰਦੇ ਹੋਏ 50% ਜਿਹੜਾ ਉਹਨਾਂ ਨੇ ਕੀਤਾ ਸੀ ਕਿ ਲੇਡੀਜ਼ ਨੂੰ ਇਹਦੇ ਵਿੱਚ ਭਾਗੀਦਾਰੀ ਹੋਣੀ ਚਾਹੀਦੀ ਹੈ ਉਹਦਾ ਅੱਜ ਰਿਜ਼ਲਟ ਸਾਹਮਣੇ ਹੈ ਔਰ ਇੱਥੇ 50% ਲੇਡੀਜ਼ ਵੀ ਇੱਥੇ ਆਈਆਂ ਨੇ ਜਿਨ੍ਹਾਂ ਨੂੰ ਦੇਖ ਕੇ ਬਹੁਤ ਹੀ ਮੈਨੂੰ ਖੁਸ਼ੀ ਹੋਈ ਹੈ ਕਿ ਸਹੀ ਮਾਇਨੇ ਦੇ ਵਿੱਚ ਔਰਤਾਂ ਨੂੰ ਅੱਗੇ ਆਉਣ ਦਾ ਇਹ ਮੌਕਾ ਮਿਲਿਆ ਆ ਔਰ ਮੈਨੂੰ ਪੂਰੀ ਉਮੀਦ ਹੈ ਕਿ ਇਹ ਸਰਪੰਚ ਔਰ ਪੰਚ ਜਿਹੜੀਆਂ ਲੇਡੀਜ਼ ਜਿੱਥੇ ਆਈਆਂ ਨੇ ਇਹ ਬਹੁਤ ਹੀ ਮਿਹਨਤ ਦੇ ਨਾਲ ਔਰ ਆਪਣੀ ਤਨਦੇਹੀ ਦੇ ਨਾਲ ਇਮਾਨਦਾਰੀ ਨਾਲ ਆਪਣੇ ਵਿਕਾਸ ਦੀ ਸੋਚ ਲੈ ਕੇ ਪਿੰਡਾਂ ਦੇ ਵਿੱਚ ਵਿਕਾਸ ਦੇ ਕੰਮ ਕਰਵਾਉਣਗੀਆਂ ਬਾਕੀ ਕੈਪਟਨ ਸਾਹਿਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਜਿਹੜੀਆਂ ਪੰਚਾਇਤ ਦੀਆਂ ਚੋਣਾਂ ਕਰਵਾਈਆਂ ਨੇ ਇਹਦੇ ਵਿੱਚ ਬਹੁਤ ਵੱਡਾ ਹੁੰਗਾਰਾ ਮਿਲਿਆ ਆ ਔਰ ਮੈਨੂੰ ਲੱਗਦਾ ਕਿ ਪੂਰੇ ਪੰਜਾਬ ਦੇ ਵਿੱਚ ਆਲਮੋਸਟ 100% ਜਿਹੜੀਆਂ ਪੰਚਾਇਤਾਂ ਨੇ ਉਹ ਕਾਂਗਰਸ ਪੱਖੀ ਜਿੱਤੀਆਂ ਨੇ ਸੋ ਇੱਕ ਬਹੁਤ ਵੱਡੀ ਇੱਕ ਉਪਲਬਧੀ ਹੈ ਔਰ ਉਹਨਾਂ ਦੇ ਕੀਤੇ ਹੋਏ ਕੰਮਾਂ 'ਤੇ ਇੱਕ ਮੋਹਰ ਹੈ ਲੋਕਾਂ ਨੇ ਲਗਾ ਦਿੱਤੀ ਹੈ ਔਰ ਇਹਦਾ ਅਸਰ ਆਉਣ ਵਾਲੇ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੈ ਉਹਨਾਂ ਉੱਤੇ ਸਾਫ਼ ਦਿਖੇਗਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਸਾਰੇ ਹੀ ਰਲ ਮਿਲ ਕੇ ਨਵੀਂ ਜਿਹੜੀ ਸਰਪੰਚ ਬਣੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਪੰਚ ਜਿਹੜੇ ਜਿੱਤੇ ਨੇ ਉਹਨਾਂ ਦੇ ਨਾਲ ਰਲ ਮਿਲ ਕੇ ਬਹੁਤ ਵੱਡੀ ਲੀਡ ਦੇ ਨਾਲ ਇੱਥੋਂ ਅਸੀਂ ਜਿੱਤਾਂਗੇ ਗੁਰਦਾਸਪੁਰ ਦੀ ਸੀਟ ਔਰ ਇਸ ਗੁਰਦਾਸਪੁਰ ਹੀ ਨਹੀਂ ਪੂਰੇ ਪੰਜਾਬ ਦੀਆਂ 13 ਚੋਂ 13 ਸੀਟਾਂ ਅਸੀਂ ਜਿੱਤਾਂਗੇ ਸੋ ਅੱਜ ਐਸਾ ਮੇਰਾ ਪੂਰਾ ਵਿਸ਼ਵਾਸ ਹੈ ਔਰ ਅੱਜ ਮੈਂ ਆਪਣੇ ਵੱਲੋਂ ਸਾਰੇ ਹੀ ਨਵੇਂ ਬਣੇ ਪੰਚ ਔਰ ਸਰਪੰਚਾਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ ਕਿ ਜਿਨ੍ਹਾਂ ਨੇ ਇਹ ਕਾਂਗਰਸ ਦੀ ਜਿਹੜੀ ਸੋਚ ਹੈ ਵਿਕਾਸ ਪੱਖੀ ਸੋਚ ਤੋਂ ਪਹਿਰਾ ਦਿੱਤਾ ਕਰੋ ਠੀਕ ਹੈ ਜੀ ਚਲੀ ਰਹੀ ਜੀ ਇੱਕ ਮਿੰਟ ਅੱਗੇ ਹੋਏ ਤੁਸੀਂ